माशाल्लाह बड़ी बेदारी ना जवाब देता है। तालबिल फैसलाबाद तक दुआ करते जाएगा तो बेदारी ना जवाब दे। अस्सलामु अलैकुम व रहमतुल्लाहि व बरकातुहु। अल्हम्दुलिल्लाह अल्हम्दुलिल्लाह व कफा व सलातु व सलामु अला मल्ला नबिया बादा أرسله الله بالحق بشيرا ونذيرا وداعيا إلى الله بإذنه وسراجا منيرا أما بعد فأعوذ بالله السميع العليم لقد جاءكم رسول من أنفسكم عزيز عليه ما عنتم حريص عليكم بالمؤمنين رؤوف رحيم शाना वाले ने बड़े हर्फ यारो अलिफ भी तेजी मांदा बोल कोई नहीं जड़िया नाम मुहम्मद जड़िया नाम मुहम्मद नूल गण ओ नामी मांदा मुल कोई नहीं बुझड़ी लो देवी मुहब्बत थी उस बहन सी मांदा मुल कोई नहीं बुझी को दे अंदर आता खे दे उस दाई हली मांदा मुल कोई नहीं। हर किस्म की हमदो सना अल्लाह जुल जलाल वल इकराम दी जात अकदस वास्ते मेरे और तुसा दे पीरो मुर्शिद जनाब मुहम्मद सल्लल्लाहु अलैहि व आलिहि वसल्लम नु अल्लाह जुल जलाल वल इकराम दे बड़िया बेशुमार खूबियां बड़िया खसूसियत बड़े एहसास अता कीते उन्होंने विचों अल्लाह जुल जलाल ने महबूब पैगंबर की एको ही खूबी का तज़किरा करके ज्यादा छाना। अल्लाह जुल जलाल ने बोलो दुआ है कि मालिक अर्ज़ो समा सही माने के अंदर अमल करन दी ते बयान करन दी तौफीक अता फरमाए। अल्लाह जुल जलाल दा कुरान मोहब्बत में समात फरमाना मेरे दे पीरो मुर्शिद जनाब मुहम्मद सल्लल्लाहु अलैहि व आलिहि वसल्लम दे सीने पाक दे नाल होण वाला कुरान है। अल्लाह जुल जलाल दा कुरान ऐलान करे लकद जाअकुम रसूलुम मिन अनफुसिकुम अज़ीज़ुन अलैहि मा अनितुम हरीसुन अलैकुम बिल मुमिनीन रऊफुर रहीम। मेरे महबूब पैगंबर दी रहमत दा अंदाज़ अल्लाह जुल जलाल दा दूसरा मुकाम सुन कुराने मजीद दा ऐ मेरे महबूब पैगंबर दी सीरत दे अंदाज़ में वसील अलैहि इन सलातक सकनुल लहुम वल्लाहु समीउन अलीम। ऐ मेरे महबूब पैगंबर दी रहमत दा अंदाज़ कुराने मजीद दा तीसरा मुकाम समाप्त फरमा लो ओ महा رحمت للعالمين महबूब पैगंबर दे रहमत दा अंदाज़े उन्हें लोगों ने नबी पाक सलातो सलाम नो तकलीफा दी दिया वो कायनात इमाम ने उन
ਮੈਨੂੰ ਮਾਫ ਕੀਤਾ ਹੈ ਕਿ ਮੇਰੇ ਮਹਬੂਬ ਪੈਗੰਬਰ ਦੀ ਸੀਰਤ ਦਾ ਅੰਦਾਜ਼ੇ ਉਹ ਜਿਨ੍ਹਾਂ ਨੇ ਨਬੀ ਪਾਕ ਅਲੈਹਿ ਸਲਾਤੁ ਸਲਾਮ ਦੇ ਦੰਦਾਂ ਮੁਬਾਰਕ ਸ਼ਹੀਦ ਕੀਤੇ ਮੇਰੇ ਮਹਬੂਬ ਪੈਗੰਬਰ ਨੇ ਉਹਨਾਂ ਨੂੰ ਵੀ ਮਾਫ ਕੀਤਾ ਕਿ ਸੀਰਤ ਦੇ ਅੰਦਾਜ਼ ਨੇ ਅਬੂ ਦਾਊਦ ਸ਼ਰੀਫ ਦੀ ਰਵਾਇਤ ਹੈ ਨਬੀ ਪਾਕ ਅਲੈਹਿ ਸਲਾਤੁ ਸਲਾਮ ਇਸ ਤਰ੍ਹਾਂ ਮਦੀਨੇ ਦਾ ਬਾਜ਼ਾਰ ਹੈ ਅਨਸਾਰੀ ਆ ਗਏ ਨੇ ਅਨਸਾਰੀਆਂ ਦਾ ਮੁਹੱਲਾ ਮਦੀਨੇ ਦਾ ਬਾਜ਼ਾਰ ਹੈ ਨਾ ਮਦੀਨੇ ਦੀ ਗੱਲ ਹੈ ਤੇ ਫਿਰ ਤੈਨੂੰ ਪਹਿਰਾ ਕੇ ਸੁਣਾ ਜਾਵਾਂ ਗੱਲੀ ਹੋਵੇ ਮਦੀਨੇ ਦੀ ਤੁਰਨ ਦਾਤਾ ਵਸਾਇਆ ਵੀ ਬੈਠੇ ਉੱਤੇ ਸਮੁੰਦਰੀ ਦੀ ਜਾਮਿਆ ਮਸਜਿਦ ਦੇ ਅੰਦਰ ਉਹ ਤਸਵਰਾਂ ਦੀ ਦੁਨੀਆ ਦੇ ਅੰਦਰ ਮਦੀਨੇ ਦੀਆਂ ਗਲੀਆਂ ਦੇ ਅੰਦਰ ਡੁੱਬ ਜਾਓ ਨਾ ਗੱਲੀ ਹੋਵੇ ਮਦੀਨੇ ਦੀ ਤੁਰਨ ਦਾਤਾ ਵਸਾਇਆ ਵੀ ਉਹ ਪਾਗ ਹੋਵਣ ਖਜੂਰਾਂ ਦੀ ਫਿਰਨ ਦਾਤਾ ਵਸਾਇਆ ਵੀ ਐ ਮਦੀਨੇ ਦੀ ਗੱਲ ਸੁਣੀ ਮੱਕੇ ਦੇ ਬਾਰੇ ਵੀ ਦੋ ਤਿੰਨ ਮਿਸਰੇ ਜ਼ਮਾਨ ਫਰਮਾ ਲਓ ਉਹ ਦਿਨ ਕੋਲੋਂ ਬਦਲ ਮੁਰਾਦ ਮੈਂ ਮੱਕੇ ਦੀ ਮਦੀਨੇ ਕੋਲੋਂ ਬਦਲ ਮੁਰਾਦ ਹੈ ਮੱਕੇ ਦੀ ਕਦੀ ਜਾ ਕੇ ਵੇਖੋ ਕਿਆ ਬਾਤ ਹੈ ਮੱਕੇ ਦੀ ਉਹ ਜਿਹੜਾ ਵੀ ਕੋਈ ਦੇਖ ਲੈਂਦਾ ਬੰਦਾ ਤੇ ਮਦੀਨਾ ਏ ਉਸੇ ਵੇਲੇ ਉਹਦਾ ਲੋਕੋ ਠਾਰ ਜਾਂਦਾ ਸੀਨਾ ਏ ਜਿਹੜਾ ਵੀ ਕੋਈ ਦੇਖ ਲੈਂਦਾ ਬੰਦਾ ਤੇ ਮਦੀਨਾ ਏ ਉਸੇ ਵੇਲੇ ਉਹਦਾ ਲੋਕੋ ਠਾਰ ਜਾਂਦਾ ਸੀਨਾ ਏ ਮੰਗ ਲੈ ਦੁਆਵਾਂ ਸਾਰੀਆਂ ਦਾ ਮੁਹੱਲਾ ਮਦੀਨੇ ਦੀ ਗਲੀ ਦੇ ਨਾਲ ਗੁਜ਼ਰਦੇ ਆ ਇੱਕ ਸਹਾਬੀ ਦੇ ਬਾਗ ਦੇ ਅੰਦਰ ਪਹੁੰਚੇ ਨਬੀ ਪਾਕ ਦੇ ਸਲਾਤੋ ਸਲਾਮ ਨੇ ਵੇਖਿਆ ਕੀ ਉਹ ਬਾਗ ਦੇ ਅੰਦਰ ਊਂਟ ਬੰਨੇ ਤੇ ਊਂਟ ਨਬੀ ਪਾਕ ਦੇ ਸਲਾਤੋ ਸਲਾਮ ਨੂੰ ਐ ਵੇਖ ਕਰਕੇ ਤੇ ਰੋਣਾ ਸ਼ੁਰੂ ਕਰ ਦਿੰਦਾ ਇਹ ਨਾਲ ਕਾਇਨਾਤ ਦੇ ਇਮਾਮ ਨੇ ਰੋਂਦੇ ਹੋਣ ਦੀ ਇਸ ਤਰ੍ਹਾਂ ਗੱਲ ਪੜੀ ਤੇ ਹੱਥ ਫੇਰਿਆ ਅੱਲਾਹ ਦੇ ਜਲਾਲ इस गल तो पता चल जाए ਮੁਸਲਮਾਨਾਂ ਨੂੰ ਪਤਾ ਕਾਫੀ ਮਿਕਦਾਰ ਦੇ ਅੰਦਰ ਮਾਲਿਕ ਨਿਮਤ ਇਕੱਠਾ ਹੋ ਗਿਆ ਨਬੀ ਪਾਕ ਅਲੈਹਿ ਸਲਾਤੁ ਸਲਾਮ ਨੇ ਇਹ ਜਿਹੜਾ ਮਾਲਿਕ ਨਿਮਤ ਮਿਲੀ ਹੈ ਆਪਣੇ ਮੁਹਾਜਰ ਸਹਾਬਾ ਨੂੰ ਦੇ ਦਿੱਤਾ ਜੇ ਵੇਖਿਆ ਜੇ ਮੇਰੇ ਮਹਬੂਬ ਪੈਗੰਬਰ ਦੀ ਸੀਰਤ ਦਾ ਅੰਦਾਜ਼ ਹੈ ਵੇਖਿਆ ਜੇ ਨਬੀ ਪਾਕ ਅਲੈਹਿ ਸਲਾਤੁ ਸਲਾਮ ਦੇ ਰਹਿਮਤ ਦੇ ਅੰਦਾਜ਼ ਦੇ ਮੋਤੀ ਨਬੀ ਪਾਕ ਅਲੈਹਿ ਸਲਾਤੁ ਸਲਾਮ ਨੇ ਜਿਹੜਾ ਸਾਰਾ ਮਾਲ ਮੁਹਾਜਰਾਂ ਨੂੰ ਦੇ ਦਿੱਤਾ ਤਕਸੀਮ ਕਰ ਦਿੱਤਾ ਹੈ ਸਹਾਬੀਆਂ ਦੇ ਨੌਜਵਾਨਾਂ ਨੇ ਗੱਲਾਂ ਕੀਤੀਆਂ ਨੇ ਆਂਦੇ ਨੇ ਕਾਫਰਾਂ ਦਾ ਖੂਨ ਤੇ ਸਾਡੀਆਂ ਤਲਵਾਰਾਂ ਦੇ ਜ਼ਿਆਦਾ ਲੱਗੇ ਏ ਐ ਜਦੋਂ ਮਾਲ ਤਕਸੀਮ ਕਰਨ ਦੀਆਂ ਵਾਰੀਆਂ ਆਈਆਂ ਕਾਇਨਾਤ ਦੇ ਇਮਾਮ ਨੇ ਸਾਰਾ ਆਪਣੇ ਮੁਹਾਜਰਾਂ ਨੂੰ ਦੇ ਦਿੱਤਾ ਏ ਨਾਲ ਅੱਲਾਹੁ ਅਕਬਰ ਅੱਲਾਹ ਅੱਲਾਹ ਐ ਗੱਲ ਚੱਲਦੀ ਚੱਲਦੀ ਨਬੀ ਪਾਕ ਦੇ ਸਲਾਤੋ ਸਲਾਮ ਤੱਕ ਪਹੁੰਚੀ ਏ ਐ ਕਾਇਨਾਤ ਦੇ ਇਮਾਮ ਤਸ਼ਰੀਫ ਲੈ ਕਰ ਕੇ ਆਏ ਨਬੀ ਪਾਕ ਦੇ ਸਲਾਤੋ ਸਲਾਮ ਨੇ ਫਰਮਾਇਆ ਏ ਅਰ ਸਾਰੇ ਸਹਾਬੀਓ ਮੈਨੂੰ ਪਤਾ ਚੱਲੇ ਤੁਹਾਡੇ ਅੱਜ ਨਾਲ ਨੌਜਵਾਨਾਂ ਨੇ ਗੱਲਾਂ ਕੀਤੀਆਂ ਨੇ ਆਂਦੇ ਜੀ ਜੀ ਨੌਜਵਾਨਾਂ ਨੇ ਗੱਲਾਂ ਕੀਤੀਆਂ ਨੇ ਕਾਇਨਾਤ ਦੇ ਇਮਾਮ ਨੇ ਫਰਮਾਇਆ ਸਾਰੇ ਸਾਰੇ ਸਹਾਬੀ ਇਕੱਠੇ ਹੋ ਜਾਓ ਨਾ ਐ ਵੇਖੀ ਅਜੇ ਟੁੱਟੀ ਉਮਤ ਜੁੜਨ ਲੱਗੀ ਏ ਐ ਜ਼ਖਮਾਂ ਦੇ ਉੱਤੇ ਮਲਹਮਾਂ ਪਟੀਆਂ ਹੋਣ ਲੱਗੀਆਂ ਨੇ ਐ ਟੁੱਟੇ ਦਿਲ ਜੁੜਨ ਲੱਗੇ ਨੇ ਅੱਲਾਹੁ ਅਕਬਰ ਅੱਲਾਹ ਅੱਲਾਹ ਅੱਜ ਤੋਂ 1450 ਸਾਲ ਦੀ ਪਿਛਲੀ ਤਰੀਖ ਉਠਾ ਕਰ ਕਹਿੰਦੇ ਵੇਖ ਨਾ ਨਬੀ ਪਾਕ ਅਲੈਹਿ ਸਲਾਤੁ ਸਲਾਮ ਨੇ ਟੁੱਟੇ ਦਿਲ ਜੋੜ ਦਿੱਤੇ ਨੇ ਆਪਸ ਦੇ ਅੰਦਰ ਰਿਸ਼ਤੇ ਬਣਾ ਦਿੱਤੇ ਨੇ ਅੱਜ 1450 ਸਾਲ ਬਾਅਦ ਵੇਖਾ ਉਸ ਪੈਗੰਬਰ
अंदर हर उम्मती टूटे अंदर रहंदा है किसे ना किसे बीमारी के अंदर मुब्तला पे अंदर रहंदा है कहीं ना कोई जनाब मदद से अंदर मुब्तला पे अंदर रहंदा है ना अल्लाह हु अकबर अल्लाह अल्लाह अनाज वाला आग सिर जैसे बीमारी के अंदर मुब्तला है ना और भाग मारी से इब्नु पढ़ किताब मुगादी पढ़ता जाएगा अमल करता जाएगा तेरे अंदर तावी मुग जान गईया तेरे अमल तावी मुग जान गईया अल्लाह अकबर अल्लाह नबी पाक ने सलातो सलाम ने फरमाया सारे सहाबी इकट्ठे हो जाओ कायनात के इमाम ने सारे सहाबी को इकट्ठा किया है ना नबी पाक ने सलातो सलाम ने फरमाया सारी ओ गल्ला कीतियां ते जीजी गल्ला कीतियां ने ना नबी पाक ने सलातो सलाम ने फरमाया सारी ओ कोई होंठ ले गया कोई बकरियां मज्जा गावा ले गए आवे अंसारियो मुहाजिर दुनिया दा माल ले करके चले गए ओना नु दुनिया दा माल मुबारक होए अंसारियो तनु आमना दा लाल मुबारक होए ਜਮਾਨੀ ਕਰਿਆ ਕਰਦੇ ਆਂਦੇ ਕੀ ਨੇ ਬਾਬਾ ਜੀ ਨੇ ਨਾ ਆਪਣੇ ਅੰਦਾਜ਼ ਦੇ ਅੰਦਰ ਇੱਕ ਨਕਸ਼ਾ ਕੀ ਆਂਦੇ ਕੀ ਨੇ 100 ਵਾਰ ਅਸੀਂ ਹਾਰ ਅਸੀਂ ਅੱਜ ਨੇ ਸਾਰੀਆਂ ਕਿੰਨੇ ਸ਼ੁਕਰੀਆ ਦਾ ਕੀਤਾ ਹੋਏਗਾ 100 ਵਾਰ ਅਸੀਂ ਹਾਰ ਅਸੀਂ ਤੇ ਕਰੀਏ ਸ਼ੁਕਰ ਰਬਾਣਾ ਸਾਡੀ ਵੰਡ ਮੁਹੰਮਦ ਆਇਆ ਸਰਵਰ ਦੁਆ ਜਾ ਮੁਕਦੀ ਮੁਕਦੀ ਔੜਕ ਨੂੰ ਮੁਕ ਜਾਵੇ ਸਾਡੀ ਦੌਲਤ ਪਾਕ ਮੁਹੰਮਦ ਵਾਲੀ ਸੋਹਣੇ ਅੱਲਾ ਨਾਲ ਮਿਲਾਵੇ दम उठा लेना दिन अशर दे सजदी
कर करके मेरे पीर ने रब नु मना लेना। जो कुछ बयान की ते अल्लाह जल्ला जलाल की तौफीक अता फरमाए। व आखिर दावाना अल्हम्दुलिल्लाह रब्बिल आलमीन।